ਜਾ ਕੇ ਤੁਸੀਂ ਕਮੈਂਟ ਹੀ ਕਰਨਾ। ਜਿਹੜਾ ਰਾਬਤਾ ਨੰਬਰ ਮੈਂ ਉੱਥੇ ਆਪਣਾ ਦੇ ਦੇਵਾਂਗੇ ਵੀ ਤੁਹਾਨੂੰ ਦੱਸਦੇ ਮੇਰਾ ਰਾਬਤਾ ਨੰਬਰ ਚਾਹੁੰਦੇ ਹੋ ਤਾਂ ਜਾ ਕੇ ਇਮਾਨ ਕੁਕਿੰਗ 'ਤੇ ਕਮੈਂਟ ਕਰੋ ਅਤੇ ਜਾ ਕੇ ਫੌਰਨ ਹੀ ਕਮੈਂਟ ਕਰੋ ਤਾਂ ਮੈਂ ਆਪਣਾ ਰਾਬਤਾ ਨੰਬਰ ਤੁਹਾਨੂੰ ਦੇ ਦੇਵਾਂਗਾ। ਔਰ ਮੈਂ ਕੋਈ ਤੁਹਾਨੂੰ ਯਕੀਨਨ ਅੱਜ ਕਿੰਨੀ ਵੱਡੀ ਖੁੱਲ੍ਹ ਛੁੱਟੀ ਦੇ ਦਿੱਤੀ ਰਾਬਤਾ ਨੰਬਰ ਮੇਰਾ ਲਵਣ ਵਾਸਤੇ ਇਮਾਨ ਕੁਕਿੰਗ 'ਤੇ ਜਾਓ। ਇਮਾਨ ਕੁਕਿੰਗ ਨੂੰ ਸਰਚ ਵੀ ਤੁਸੀਂ ਕਰ ਲਓ, ਕੀ ਪਤਾ ਆ ਜਾਵੇ ਸਨੈਨ ਦੀ ਉੱਤੇ ਵੀਡੀਓ ਹੋਵੇਗੀ। ਅਤੇ ਵੈਸੇ ਵੀ ਮੇਰੇ ਚੈਨਲ ਕੱਢੋਗੇ ਤਾਂ ਥੱਲੇ ਆ ਜਾਵੇਗਾ ਸਨੈਨ ਦਾ ਚੈਨਲ। ਤੁਹਾਨੂੰ ਜੇ ਸਬਸਕ੍ਰਾਈਬ ਵੀ ਕਰਨਾ, ਵੀਡੀਓ ਨੂੰ ਲਾਈਕ ਕਰਨਾ ਹੈ ਅਤੇ ਥੱਲੇ VIP ਜੇ ਕਮੈਂਟ ਕਰਨਾ ਤਾਂ ਥੱਲੇ ਆਪਣਾ ਰਾਬਤਾ ਨੰਬਰ ਹੀ ਮੈਂ ਤੁਹਾਨੂੰ ਦੇ ਦੇਵਾਂਗਾ। ਅਤੇ ਆਹਿਸਤਾ ਆਹਿਸਤਾ ਜੀ ਇੱਧਰੋਂ ਜ਼ਿਆਦਾ ਬੱਦਲ ਆ ਰਹੇ ਨੇ, ਇੱਥੇ ਉੱਤੇ ਆ ਗਏ ਨੇ। ਅੱਗੇ ਪਹਿਲੇ ਨਾ ਇੱਥੇ ਸੀਗੇ ਜਦੋਂ ਪਹਿਲਾਂ ਕਲੇ ਬਣਾਇਆ, ਲੇਕਿਨ ਉਹ ਬੰਦ ਹੋ ਗਿਆ। ਉਦੋਂ ਮੋਬਾਈਲ ਦਾ ਕੈਮਰਾ ਹੀਟਅਪ ਹੋ ਗਿਆ ਸੀਗਾ ਕਿਉਂਕਿ ਸੂਰਜ ਇੱਥੋਂ ਨਿਕਲਿਆ ਸੀ, ਸੂਰਜ 'ਚ ਉਹਨੇ ਬੱਦਲ ਜਾ ਰਹੇ ਨੇ। ਅਤੇ ਆਹਿਸਤਾ ਆਹਿਸਤਾ ਕਣੀਆਂ ਪੈਣੀ ਸ਼ੁਰੂ ਹੋ ਗਈਆਂ ਨੇ। ਮੈਂ ਲੱਗਦਾ ਬਾਰਿਸ਼ ਰੁਕੀ ਤਾਂ ਨਹੀਂ, ਮੁੜ ਬਰੀਕ ਬਰੀਕ ਫੁਹਾਰ ਪੈ ਰਹੀ ਹੈਗੀ ਔਰ ਵੀ ਫਸਲਾਂ ਨਹੀਂ ਆ ਰਹੀਆਂ। ਸਾਈਡ 'ਤੇ ਨਾ ਬਾਰਿਸ਼ ਹੋ ਰਹੀ ਹੈ ਬਰੀਕ ਬਰੀਕ, ਬਾਕੀ ਤਾਂ ਫੁਹਾਰ ਪੈ ਰਹੀ ਹੈਗੀ। ਆਹ ਤੁਸੀਂ ਵੇਖ ਸਕਦੇ ਹੋ ਬਰੀਕ ਬਰੀਕ ਕਣੀਆਂ ਹੈਗੀਆਂ ਨੇ। ਮੈਂ ਤਾਂ ਸੋਚ ਰਿਹਾ ਸੀਗਾ ਬਾਰਿਸ਼ ਨਹੀਂ ਆਉਣੀ, ਲੇਕਿਨ ਇਹ ਤਾਂ ਤੇਜ਼ ਹੋ ਗਈ ਹੈਗੀ। ਬਾਕੀ ਤੁਸੀਂ ਵੇਖ ਸਕਦੇ ਹੋ ਅਤੇ ਪਾਣੀ ਉਹ ਇਤਨਾ ਕਿ ਬੜੀ ਜਮ੍ਹਾਂ ਹੋਇਆ ਹੈਗਾ। ਥੋੜ੍ਹਾ ਵੱਧ ਲਵੇ ਫਿਰ ਮੈਂ ਚਾਟ ਜਾਟ ਕੇ ਉੱਥੋਂ ਪਾਰ ਪਾਰ ਕੇ ਬੱਠਾ ਲਿਆ ਕੇ ਇੱਥੇ ਬੈਠਾਂਗਾ, ਸਾਰੀ ਜਗ੍ਹਾ ਖਾਲੀ ਕਰਾਂਗਾ। ਅੱਲਾ ਕਰੇ ਇਨਸ਼ਾਅੱਲਾ ਬਾਰਿਸ਼ ਮੱਠੀ ਹੋ ਜਾ, ਮੈਂ ਤਾਂ ਦੁਆ ਮੰਗੀ ਆ ਰਿਹਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਕੀ ਹਾਲ ਚਾਲ ਨੇ ਮੇਰੇ ਤਮਾਮ ਭੈਣ ਭਾਈਆਂ ਦੇ? ਅੱਲਾ ਦੇ ਫਜ਼ਲ ਕਰਮ ਨਾਲ ਮੈਂ ਬਿਲਕੁਲ ਠੀਕ ਠਾਕ ਹਾਂ। ਮੈਂ ਅੱਜ ਇਸੇ ਵਜ੍ਹਾ ਤੋਂ ਬਿਲਕੁਲ ਠੀਕ ਠਾਕ ਹਾਂ ਕਿਉਂਕਿ ਅੰਮੀ ਜਾਨ ਦੀ ਨਾ ਤਬੀਅਤ ਪਹਿਲੇ ਨਾਲੋਂ ਬਿਹਤਰ ਹੈਗੀ। ਅੱਜ ਅੰਮੀ ਜਾਨ ਨਾ ਕਹਿ ਰਹੀ ਸੀ ਸੁਬਹਾ ਸੁਬਹਾ ਮੈਂ ਨਾ ਤੁਹਾਨੂੰ ਨਾਸ਼ਤਾ ਬਣਾ ਦੇਣੀ, ਮੈਂ ਕਿਹਾ ਅੰਮੀ ਤੁਸੀਂ ਨਾਸ਼ਤਾ ਨਹੀਂ ਬਣਾਉਣਾ, ਤੁਸੀਂ ਰੈਸਟ ਕਰੋ, ਨਾਸ਼ਤਾ ਅਸੀਂ ਆਪੇ ਕਰ ਲਵਾਂਗੇ। ਅੱਬੂ ਜਾਨ ਰਾਤੀ ਫਰੂਟ ਲਾਇਆ ਸੀ, ਉਹ ਖਾ ਲਿਆ ਹੈਗਾ। ਅਤੇ ਅਸਲ 'ਤੇ ਅੱਜ ਨਾ ਮੈਂ ਜਦੋਂ ਜਾਗਿਆ ਆ ਗਿਆ ਤਕਰੀਬਨ ਉਦੋਂ ਟਾਈਮ ਹੋ ਗਿਆ ਸੀ 7:00, ਉਦੋਂ ਤਕਰੀਬਨ ਸੀਗੇ 13-14 ਮਿੰਟ, ਅਤੇ ਹੁਣ 8:15 ਹੋ ਗਏ ਨੇ। ਇਹਦਾ ਮਤਲਬ ਘੰਟਾ ਇੱਕ ਮੈਂ ਨਹਾਵਣ ਅਤੇ ਨਾਸ਼ਤੇ 'ਤੇ ਲਾਇਆ, ਅਤੇ ਉਸ ਤੋਂ ਬਾਅਦ ਹੁਣ ਮੈਂ ਕਰਨ ਲੱਗਿਆ ਆ ਗਿਆ ਕੰਮ। ਕੰਮ ਇਹ ਕਰਨਾ ਹੈਗਾ ਕਿ ਕਚਰਾ ਵਗੈਰਾ ਪਿਆ ਇੱਥੇ ਇੱਕੋ ਜਿਹਾ ਕਰ ਦਿੰਦਾ, ਅਤੇ ਇੱਧਰ ਵੀ ਇੱਟਾਂ ਜਗ੍ਹਾ ਬਣਾਉਣੀ ਹੈਗੀ। ਆਹ ਜਿਹੜੇ ਰੋੜੇ ਜਿਹੇ ਪਏ ਨੇ ਥੋੜ੍ਹਾ ਪਰਾਂ ਪਰਾਂ ਕਰ ਦਿੰਦਾ, ਅਤੇ ਇੱਥੇ ਲਿਆ ਕੇ ਨਾ ਜਿਹੜੀ ਬਾਹਰ ਇੱਟਾਂ ਪਈਆਂ ਨੇ ਉਹ ਸਿੱਟਣਾ ਆ ਗਿਆ। ਇੱਧਰ ਵੇਖੋ ਸੀ ਇਹ ਲੱਕੜਾਂ ਵਗੈਰਾ ਸੀਗੀਆਂ, ਇੱਥੇ ਮੈਂ ਕੋਈ ਨਹੀਂ ਉੱਤੇ ਉੱਤੇ ਕਰਤੀਆਂ ਕਿ ਇੱਥੇ ਲਿਆ ਕੇ ਇੱਟਾਂ ਸੀਗੀਆਂ, ਅਤੇ ਰੋੜੇ ਉੱਧਰ ਪਏ ਹੋਏ ਨੇ। ਮੈਂ ਵੀ ਸੋਚ ਰਿਹਾ ਅਤੇ ਆਹ ਜਿਹੜੇ ਰੋੜੇ ਹਨ ਨਾ ਇਹ ਚੱਕ ਕੇ ਥੋਤੇ ਸਿੱਟਦਾ, ਫਿਰ ਮੈਂ ਕਹਿੰਦਾ ਵੀ ਇੱਥੇ ਪੈ ਰਹਿੰਦੀ, ਇੱਥੇ ਵੀ ਬਜਰੀ ਜਿਹੀ ਬਣਾਉਣੀ ਹੈ ਨਾ ਰੋੜੀਆਂ ਜੀ, ਅਤੇ ਫਿਰ ਇੱਥੇ ਕੰਮ ਆਉਣਗੇ। ਬਾਕੀ ਜੀ ਮੈਂ ਬਸ ਨਾ ਆ ਕਚਰਾ ਜਿਹੜਾ ਲੈਵਲ ਥੋੜ੍ਹਾ ਕਰ ਲਵਾਂ, ਉਸ ਤੋਂ ਬਾਅਦ ਫਿਰ ਇੱਟਾਂ ਸਿੱਟਣੀਆਂ ਨੇ। ਜਗ੍ਹਾ ਬੜੀ ਬਣ ਗਈ ਇੱਟਾਂ ਦੀ ਖੁੱਲ੍ਹੀ, ਇਹਦੇ ਉੱਤੇ ਜਿਤਨੀਆਂ ਮਰਜ਼ੀ ਸਿੱਟਾਂ ਉੱਦਾਂ ਰਹਿ ਗਈ, ਅਤੇ ਇਹਦੇ ਉੱਤੇ ਥੋੜ੍ਹੀ ਘਣੀ ਸਿੱਟ ਲਵਾਂ ਕਿ ਉੱਤੇ ਜਿਹੜੇ ਨਾ ਵਾਰ ਦੇਣੇ ਨੇ। ਆਹ ਵੇਖ ਸਕਦੇ ਹੋ ਤੁਸੀਂ ਇੱਧਰ ਵੀ ਵਾਰ ਦੇਣੇ ਨੇ, ਇਹਦੇ ਸਾਹਮਣੇ ਵਾਰ ਦੇਣੇ ਨੇ, ਇੱਧਰ ਵੀ ਇੱਟਾਂ ਸਿੱਟਣੀਆਂ ਪੈਣੀਆਂ ਨੇ, ਜਾਂ ਇਹਨਾਂ ਦੇ ਫਰੰਟ ਸਾਈਡ 'ਤੇ ਇੱਥੇ ਸਿੱਟਣੀਆਂ ਪੈਣੀਆਂ ਨੇ। ਇੱਟਾਂ ਨੇ ਨਜ਼ਦੀਕ ਨਜ਼ਦੀਕ ਸਿੱਟੀਆਂ ਨੇ ਤਾਂ ਬਾਅਦ ਵਿੱਚ ਅੱਗੇ ਅੱਗੇ ਕਰਨੀਆਂ ਨਹੀਂ ਪਵਣਗੀਆਂ। ਬਾਕੀ ਮੈਂ ਕਚਰਾ ਵਗੈਰਾ ਇੱਕੋ ਹੀ ਕਰ ਲਵਾਂ, ਉਸ ਤੋਂ ਬਾਅਦ ਫਿਰ ਜਾ ਕੇ ਇੱਟਾਂ ਚੱਕ ਕੇ ਲਿਆਉਂਦੇ ਹਾਂ ਅਤੇ ਇੱਥੇ ਸਿੱਟਣੇ ਹਾਂ। ਅਤੇ ਅੰਮੀ ਦੇ ਟੈਸਟ ਵਗੈਰਾ ਜਿਹੜੇ ਨੇ ਉਹ ਕੱਲ੍ਹ ਜਾ ਕਰਵਾਉਣੇ ਨੇਗੇ, ਅੱਜ ਇਤਵਾਰ ਦੇ ਦਿਨ ਛੁੱਟੀ ਹੋਣੀ ਹੈਗੀ ਹੋਸਪਿਟਲੋਂ, ਅਤੇ ਮੈਂ ਕਿਹਾ ਚਲੋ ਜਿਹੜੇ ਕੰਮ ਰਹਿੰਦੇ ਨੇ ਨਾ ਇਹ ਅੱਜ ਕਰ ਲੈਣਾ। ਅੰਮੀ ਵੀ ਕਹਿ ਰਹੀ ਸੀਗੀ ਨਹੀਂ ਤਾਂ ਮੈਂ ਖੁਦ ਕਰਾਂਗੀ, ਤੂੰ ਨਾ ਕੰਮ ਕਰੇਗਾ। ਮੈਂ ਕਿਹਾ ਮੈਂ ਕਰ ਲੈਣਾ, ਤੁਸੀਂ ਧਮਕੀਆਂ ਨਾ ਲਓ। ਉਹਨਾਂ ਨੇ ਨਾ ਇਹ ਕੰਮ ਕਾਜ ਨੂੰ ਹਾਲੇ ਤੱਕ ਮੈਂ ਸਮੇਂ ਨਹੀਂ ਕਰਨ ਦੇ ਰਿਹਾ ਕਿਉਂਕਿ ਕੰਮ ਕੁਛ ਕਰਦੀਆਂ ਨੇ, ਤਾਂ ਆਹ ਜੀ ਜਗ੍ਹਾ ਹੈਗੀ ਹਲਦੀ ਹੈਗੀ ਅਤੇ ਫਿਰ ਉਹ ਦਰਦ ਹੁੰਦੀ ਆ ਜਾਏਗਾ। ਮੈਂ ਉਹਨਾਂ ਨੂੰ ਕਿਹਾ ਹੈਗਾ ਤੁਸੀਂ ਰੈਸਟ ਕਰੋ, ਮੈਂ ਜਿਹੜਾ ਤੁਸੀਂ ਕੰਮ ਕਰੋਗੇ ਮੈਂ ਕਰ ਲਵਾਂਗਾ। ਬਾਕੀ ਇਹ ਹੈਗੀ ਕਿ ਇਹ ਵੀ ਬੜਾ ਫਾਇਦਾ ਹੋ ਗਿਆ, ਇੱਥੇ ਤਕਰੀਬਨ ਅੱਧੀ ਟਾਲੀ ਮਿੱਟੀ ਪੈ ਜਾਣੀ ਸੀ, ਤਾਂ ਕਚਰਾ ਸਾਰਾ ਥੱਲੇ ਆ ਗਿਆ। ਬਸ ਇਤਨਾ ਇੱਕ ਸੀਗਾ, ਕਹਿੰਦੇ ਤੁਸੀਂ ਜਦੋਂ ਮਿੱਟੀ ਪਈ ਨਾ ਥੱਲੇ ਥੱਲੇ ਹੋ ਜਾਵੇਗਾ, ਤੂੰ ਫਿਰ ਦੁਰਮਾੜੀ ਫੇਰ ਦੇਵਾਂਗਾ ਅੱਛੀ ਤਰ੍ਹਾਂ ਥੱਲੇ ਮੰਡੀ ਜਾਵੇਗਾ, ਬਾਅਦ ਫਰਸ਼ ਨੂੰ ਕੋਈ ਮਸਲਾ ਨਾ ਬਣੇ। ਅਤੇ ਹੁਣ ਜੀ ਫਿਰ ਜਾ ਕੇ ਇੱਟਾਂ ਚੱਕ ਲੈਂਦੇ ਹਾਂ ਸਿੱਟਣੇ ਹਾਂ, ਅਤੇ ਇੱਥੇ ਬਾਹਰ ਇੱਟਾਂ ਕੋਲ ਆ ਗਏ ਹੈਗੇ, ਤੁਹਾਨੂੰ ਜਲਦੀ ਜਲਦੀ ਸਿੱਟਣਾ ਆ ਗਿਆ। ਬੱਚੇ ਵੀ ਮੇਰੇ ਨਾਲ ਲੱਗ ਗਏ ਨੇ, ਸਿੱਟ ਕੇ ਨਾਲ ਦੇ ਰਹੇ ਨੇ।
मैं यही कोशिश है कि दोपहर ना पहले पहले सेट लवा। हूँ जी धुप निकली खड़ी है इतनी तिखी नहीं है, दोपहर की धुप बड़ी खतरनाक होंगी। इंदा डर है डिगी ना जाए। तो साढ़े गवांढ़ियों के बच्चे जड़े ने वह भी नाले स्टवा रहे हैं, अम्मी के मामू के पुत्र। इतनिया इट्टा मैं एक बारी चक के लै जानिया ने, यह जल्दी जल्दी चक के आ रहा। पहले जी रेडी के अगले टायर ना हवा नहीं सी, ये हूँ जा कंपरा लिया। मैं चलो रेडी ने सीटना क्योंकि बहुत चक चक तकरीबन दस सीटा भी चकाना बाजू ना जुते, तो यकीन बहुत ज्यादा बहुत दर्द होता। तो अगर इन्हें से लै जावा एक बार मैं तीह इटा लै जा सकना गया, बाकी हूँ फिर इन्हें ने सीटना गया जल्दी जल्दी। बच्चे जड़े ने सारे जड़े घर जाकर रेस्ट कर रहे हैं, गवंढ़िया के चले गए, मैं कला जने लगे हुआ। बस करती सी इन कि सीटियां ने गियाँ, तो उधर गर्मी बद गई सी, तो मेहमान भी घर आ गए थे, तो मेहमाना वास्ते चावल पकाए ने आयशा तो मैं रल के वो वेखो सामने दम दिता होगा चावलों मेहमानों को खिलान लगे हैं। तो अज जे बदल भी बन रहे हैं, सैड तो बदल जो आ रहे ना वेखो सी इधर झड़ जहा लग रहा, तो इधर बहुत ही ज़्यादा गर्मी लग रही है। इसका मतलब ठंडी ठंडी हवा चल रही है, कि पता बारिश आ जाए, बारिश आ गई ना फिर मैं एक दिन के चिट्टा डो लैनिया ने। बाकी मैं ये कह रहा सी कि हूँ शाम जो ठंडा टाइम होगा उदो इटा सीटागा, मेहमान पहले इधर मसरूफ हो गया है, तो उदो दोपहर के टाइम इटा स्टीलियाँ हो गई सी मेरे को। तो आहिस्ता आहिस्ता जी इधरों ज़्यादा बदल आ रहे हैं, इतने उत्ते आ गए ने अगे पहले ना इतने से जो पहला कले बनाया, लेकिन वो बंद हो गया उदो मोबाइल का कैमरा हीटअप हो गया सीगा, क्योंकि सूरज इतों निकलिया, सूरज तो उन्हें बदल जा रहे हैं। तो आहिस्ता आहिस्ता कनिया पैनी शुरू हो गई, मैं लगता अच्छ बारिश आ गई इनका मतलब है। इतों तो कनिया पै रही ने, आवाज़ भी आ रही तुम सुना आेखो आहिस्ता आहिस्ता ना कनिया पैनिया शुरू हो गई ने। तो अम्मी जी है परले कमरे सोई हुई है, उन्हें और कहना उरले कमरे च आ जाओ, तो मेहमाना ने भी कह देना कि उरले कमरे च आ जाओ। मेहमान जी उधर दूसरे कमरे चले गए, तम्मी जान जी है हूँ जान लगी है। तो अम्मी की कभी तबीयत जी ठीक हो जाती, तो कभी कभी फिर क्योंकि ना जो गल है कि चुप दिया नहीं सूईया वाको नहीं। कोई ना सुबह ना जावे तो यकीन टेस्ट जोड़े कहे से उन्होंने वो करावे, उत उठो मैं ले आना ठीक है। अम्मी ने जी उधर अंदर बिठाता है, तो आहिस्ता आहिस्ता जी बारिश हैगी तेज होती जा रही है, उन्होंने डर लग रहा है कि दिन है बारिशों की, तो मैं बहुत ज़्यादा डर लगता है, तो बड़ा यकीन कार को खतरा है कि गिर ना जाए, बस यही इनका ही डर रहा। अल्लाह खैर करेगा, अल्लाह करेगा इंशाल्लाह इतनी बारिश होगी। बदल भी साफ ही है सके सकते हो, तो इधर काले बदल अनेर भी नाल बहुत तेज है कि इधरों इन जोर हैगा, इस साइड तो जोर हैगा अनेर का, यह गिरन नहीं लगन तो इन धक्का मारेगा, यह थोड़ा जहा है तुम भी देख सकते हो कनिया जीडिया पै रही उन्होंने इंजन ही जोर है। तो तकरीबन जी 10-15 मिनट हो गए ने, कनिया जी बरीक बरीक न फुहार चली हुई है, तो मैं ही दुआ मंगी जा रहा है कि तेज बारिश ना आए, तो जो बदल नहीं गए वो भी साफ होंगे जा रहे हैं। अल्लाह कर रहे वेखो ना उत्ते बदल साफ नहीं गए, इधर साइडा तो काले बदल नहीं गए, इधर पिछों काले शाह बदल जा रहे हैं, इन्हों तो मैं डर लग रहा आेखो बिल्कुल काले शाह ने आ इस तरह साफ निकल जाते हैं जिस तरह आने, फिर कोई मसला नहीं।
ਤੇ ਆਇਸ਼ਾ ਜੀ ਇੱਧਰ ਮਹਿਮਾਨਾਂ ਵਾਸਤੇ ਚਾਵਲ ਕੱਢ ਰਹੀ ਆ, ਮਹਿਮਾਨਾਂ ਨੂੰ ਚਾਵਲ ਦੇਣ ਲੱਗੀ ਆ। ਮੈਂ ਜੀ ਇੱਧਰ ਅੰਦਰ ਕਮਰੇ 'ਚ ਆ ਗਿਆ ਹੈਗਾ, ਇੱਥੇ ਅੰਦਰ ਹੀ ਬੈਗ ਚਾਵਲ ਖਾਣ ਲੱਗਾ ਕਿਉਂਕਿ ਮੈਂ ਵੀਡੀਓ ਬਣਾਉਣੀ ਸੀਗੀ ਅਤੇ ਮਹਿਮਾਨ ਜਿਹੜੇ ਨੇ ਉਹ ਨਾ ਪਸੰਦ ਕਰਦੇ ਨੇ ਵੀਡੀਓ ਬਣਾਉਣ ਨੂੰ, ਉਹਨਾਂ ਦੀ ਵੀਡੀਓ ਮੈਂ ਨਹੀਂ ਬਣਾਈ। ਬਾਕੀ ਤੁਹਾਨੂੰ ਦੱਸਦਾ ਹੈਗਾ ਅਤੇ ਅੰਮੀ ਜਾਨ ਜਿਹੜੀ ਹੈਗੀ ਉਹ ਹੀ ਬਾਹਰ ਬੈਠੀ ਕਿਉਂਕਿ ਬਾਰਿਸ਼ ਜਿਹੜੀ ਹੈਗੀ ਹੁਣ ਰੁਕ ਗਈ ਆ। ਉਹ ਵੇਖੋ ਰੈਸਟ ਕਰ ਰਹੀ ਆ ਮੈਂ ਬਾਹਰ ਹੀ ਕਿਉਂਕਿ ਠੰਡਾ ਠੰਡਾ ਬਾਹਰ ਮੌਸਮ ਬਣ ਗਿਆ। ਮੈਂ ਬਸ ਇਹੀ ਕਹਿ ਰਿਹਾ ਸੀਗਾ ਕਿ ਮੈਂ ਚਾਵਲ ਖਾ ਲਵਾਂ, ਉਸ ਤੋਂ ਬਾਅਦ ਨਾ ਤੁਹਾਨੂੰ ਪਿਆਰੇ ਪਿਆਰੇ ਵਿਊ ਵਿਖਾਉਣਾ ਹੈਗਾ ਕਿਉਂਕਿ ਵਿਲੇਜ ਦੇ ਵਿੱਚ ਨਾ ਬਾਰਿਸ਼ ਤੋਂ ਬਾਅਦ ਬਹੁਤ ਹੀ ਹਰਿਆਲੀ ਜਿਹੜੀ ਇਹ ਤਾਂ ਬਹੁਤ ਜ਼ਿਆਦਾ ਚਮਕਦੀ ਹੈਗੀ। ਤੁਹਾਨੂੰ ਹਰਿਆਲੀ ਵਿਖਾਵਾਂਗਾ, ਪਿਛਲੀ ਵਾਰੀ ਇਹਨਾਂ ਨਹੀਂ ਵੇਖੀ ਨਾ ਉਹਨਾਂ ਨੂੰ ਇਸ ਵਾਰੀ ਵਿਖਾਵਾਂਗਾ। ਬਾਰਿਸ਼ ਰੁਕੀ ਤਾਂ ਨਹੀਂ, ਮੁੜ ਬਰੀਕ ਬਰੀਕ ਫੁਹਾਰ ਪੈ ਰਹੀ ਹੈਗੀ, ਬਾਕੀ ਫਸਲਾਂ ਨਹੀਂ ਆ ਰਹੀਆਂ। ਬਾਕੀ ਤਾਂ ਫੁਹਾਰ ਪੈ ਰਹੀ ਹੈਗੀ, ਅੱਜ ਵੇਖ ਸਕਦੇ ਹੋ ਬਰੀਕ ਬਰੀਕ ਕਣੀਆਂ ਹੈਗੀਆਂ ਨੇ। ਇਹਨਾਂ ਦਾ ਕੋਈ ਨਹੀਂ ਮਸਲਾ ਹੈਗਾ, ਇਹੋ ਜਿਹੀ ਜਿੰਨੀ ਉਮਰ ਦੀ ਪੈਂਦੀ ਆ ਰਹਿਣਾ ਇਹਨਾਂ ਦਾ ਕੋਈ ਮਸਲਾ। ਬਾਕੀ ਤੇਜ਼ ਬਾਰਿਸ਼ ਕਰ ਰਹੀ, ਬੱਦਲ ਦਾ ਆਵਾਜ਼ਾਂ ਬੜੀਆਂ ਆ ਰਹੇ ਨੇ। ਬਾਕੀ ਮਹਿਮਾਨ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਲੱਗ ਜਾਣਾ ਹੈਗਾ, ਅਤੇ ਐਵੇਂ ਤੁਹਾਨੂੰ ਮਹਿਮਾਨ ਤਾਂ ਨਹੀਂ ਵਿਖਾ ਸਕਦਾ, ਮਹਿਮਾਨਾਂ ਦਾ ਸਪੋਰਟ ਵਿਖਾ ਦੇਣਾ ਆ ਗਿਆ। ਓਏ 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 ਮੈਂ ਤਾਂ ਸੋਚ ਰਿਹਾ ਸੀਗਾ ਬਾਰਿਸ਼ ਨਹੀਂ ਆਉਣੀ, ਲੇਕਿਨ ਇਹ ਤਾਂ ਤੇਜ਼ ਹੋ ਗਈ ਹੈਗੀ। ਬਾਕੀ ਤੁਸੀਂ ਵੇਖ ਸਕਦੇ ਹੋ ਅਤੇ ਪਾਣੀ ਉਹ ਇਤਨਾ ਕੁ ਬਾਜਾ ਮਾ ਹੋਇਆ ਹੈਗਾ, ਥੋੜ੍ਹਾ ਵੱਧ ਲਵੇ ਫਿਰ ਮੈਂ ਚੱਟ ਜੱਟ ਕੇ ਉੱਥੋਂ ਬਾਹਰ ਬਾਹਰ ਕੇ ਬੱਠਾ ਲਿਆ ਕੇ ਇੱਥੇ ਬੀਟਾਂਗਾ, ਸਾਰੀ ਜਗ੍ਹਾ ਖਾਲੀ ਕਰਾਂਗਾ। ਅੱਲਾ ਕਰੇ ਇਨਸ਼ਾਅੱਲਾ ਬਾਰਿਸ਼ ਮੱਠੀ ਹੋ ਜਾਵੇ, ਮੈਂ ਤਾਂ ਹੀ ਦੁਆ ਮੰਗੀ ਆ ਰਿਹਾ ਕੌਣ ਮੱਠੀ ਹੋ ਗਈ ਹੈ ਉੱਥੇ ਨੇ ਕੈਮਰਾ ਕੀਤਾ। ਬਾਰਿਸ਼ ਜੀ ਹੁਣ ਫਿਰ ਮੱਠੀ ਹੋ ਗਈ ਹੈ ਅਤੇ ਆਹ ਤੁਸੀਂ ਸਾਡੇ ਘਰ ਦੇ ਬੈਕ ਸਾਈਡ ਦਾ ਵਿਊ ਵੇਖ ਸਕਦੇ ਹੋ ਅਤੇ ਆਹ ਸਾਡੇ ਪਿੰਡ ਦਾ ਵਿਊ। ਜਲਦੀ ਜਲਦੀ 'ਚ ਵਿਖਾਇਆ ਹੈਗਾ, ਮੈਂ ਡਿੱਗ ਹੀ ਨਾ ਜਾਵਾਂ। ਅਤੇ ਹੁਣ ਜੀ ਫਿਰ ਜਾ ਕੇ ਨਾ ਜਿਹੜਾ ਪਾਣੀ ਉੱਥੇ ਜਮ੍ਹਾਂ ਹੋਇਆ ਹੈਗਾ ਥੋੜ੍ਹਾ ਘਣਾ ਉਹ ਜਾ ਕੇ ਚੱਟ ਲੈਣਾ। ਅਤੇ ਆਹ ਜੀ ਬਾਲਟੀ ਜੀ ਚੱਕਣਾ ਆ ਗਿਆ, ਬੱਠਣਾ ਨੂੰ ਚੰਗਾ ਹੈਗਾ, ਇਹਦੇ ਜਲਦੀ ਹਟੀ ਪਏਗਾ, ਇਹਨਾਂ ਜਾ ਕੇ ਚੱਟਣਾ। ਪਾਣੀ ਜ਼ਿਆਦਾ ਨਹੀਂ ਇੱਥੇ ਜਮ੍ਹਾਂ ਹੋਇਆ, ਬਸ ਥੋੜ੍ਹਾ ਜਿਹਾ ਹੀ ਹੈਗਾ, ਇਹਨੂੰ ਚੱਟ ਲੈਣਾ ਫਿਰ। ਕੈਮਰਾ ਬੰਦ ਕਰਕੇ ਮੈਂ ਦੋਨਾਂ ਹੱਥਾਂ ਨਾਲ ਚੱਟਾਂਗਾ, ਮਿੰਟ ਲੱਗਣਾ। ਹੁਣ ਬਿਲਕੁਲ ਬਾਰਿਸ਼ ਰੁਕ ਗਈ ਆ, ਤੁਸੀਂ ਵੇਖ ਸਕਦੇ ਹੋ ਪਾਣੀ ਖੜ੍ਹਾ ਹੈ ਨਾ, ਕੋਈ ਕਣੀ ਵਗੈਰਾ ਨਹੀਂ ਹੈਗੀ, ਬਿਲਕੁਲ ਰੁਕ ਗਈ। ਮੈਂ ਇਹ ਸੋਚ ਰਿਹਾ ਸੀਗਾ ਇੱਕ ਵਾਰੀ ਬਾਰਿਸ਼ ਰੁਕੇਗੀ ਨਾ ਤਾਂ ਫਿਰ ਪਾਣੀ ਚੱਟਾਂਗਾ, ਪਰ ਜੱਟਾਂ ਦਾ ਕੋਈ ਫਾਇਦਾ ਨਹੀਂ ਹੋਣਾ ਸੀ, ਬਾਰਿਸ਼ ਨੇ ਜ਼ਿਆਦਾ ਆਉਣੀ ਵੀ ਨਹੀਂ ਸੀ, ਮੌਸਮ ਖਰਾਬ ਤਾਂ ਹੈਗਾ, ਅੱਲਾ ਖੈਰ ਕਰੇਗਾ। ਪਾਣੀ ਜੀ ਮੈਂ ਅੱਛੀ ਤਰ੍ਹਾਂ ਜੱਟਤਾ ਹੈਗਾ ਅਤੇ ਮਹਿਮਾਨ ਵੀ ਚਲੇ ਗਏ ਨੇ ਗੇ, ਇੱਥੇ ਅੰਮੀ ਜਾਨ ਜਿਹੜੀ ਹੈਗੀ ਅੰਦਰ ਰੈਸਟ ਕਰ ਰਹੀ ਹੈਗੀ। ਕੁਛ ਵੀ ਨਹੀਂ ਹੁੰਦਾ, ਥੋੜ੍ਹਾ ਜਿਹਾ ਪਾਣੀ ਸੀਗਾ, ਕੋਈ ਮਸਲਾ ਨਹੀਂ। ਮੈਨੂੰ ਤਾਂ ਲੱਗਦਾ ਪਿਛਲੀ ਵਾਰ ਤੁਸੀਂ ਪਾਣੀ ਜੱਟਿਆ ਸੀ, ਯਕੀਨ ਤੁਹਾਡੀ ਉੱਥੋਂ ਥੱਬੜੀ ਤਬੀਅਤ ਜਿਹੜੀ ਹੈ। ਬਰਫ਼ਬਾਰੀ ਦੀ ਵਜ੍ਹਾ ਤੋਂ ਹੋ ਸਕਦਾ, ਉਹਦੀ ਵਜ੍ਹਾ ਤੋਂ ਹੀ ਹੋਵੇ ਜਾਂ ਐਵੇਂ ਕੁਦਰਤ ਹੋਵੇ, ਜਿਹੜੀ ਅੱਲਾ ਨੂੰ ਮਨਜ਼ੂਰ ਹੈ। ਬਾਕੀ ਇਹ ਹੈਗਾ ਵੀ ਹੁਣ ਆਪਾਂ ਸੁਬਾਹ ਜਾ ਕੇ ਦਵਾਈ ਕਹਿ ਰਹੇ ਸੁਬਹ, ਜੇ ਕੈਂਸਰ ਹੋਇਆ ਤਾਂ ਫਿਰ ਆਪਰੇਸ਼ਨ ਹੀ ਕਰਨਗੇ, ਉਹਨੇ ਕਿਹਾ ਹੈਗਾ ਪਹਿਲੇ। ਉਹ ਕਹਿੰਦੇ ਨੇ ਦਵਾਈਆਂ ਨੇ ਕੈਂਸਰ ਖਤਮ ਹੋ ਜਾਂਦਾ ਹੈ ਅਤੇ ਠੀਕ ਠੀਕ ਤਾਂ ਜਦੋਂ ਰੋੜਾ ਜਿਹਾ ਬਣ ਜਾਵੇ ਤਾਂ ਫਿਰ ਠੀਕ ਨਹੀਂ ਆਉਣੀ ਹੈ, ਇਹਨਾਂ ਇਹਦੇ ਵਿੱਚੋਂ ਚੈੱਕ ਕਰਨਗੇ। ਤੁਸੀਂ ਵੇਖ ਸਕਦੇ ਹੋ ਬਾਹਰੋਂ ਮਹਿਸੂਸ ਨਹੀਂ ਹੁੰਦਾ, ਥੋੜ੍ਹਾ ਥੋੜ੍ਹਾ ਮਹਿਸੂਸ ਹੁੰਦਾ ਕਿ ਆ ਬਾਹਰ ਹੈਗਾ। ਜੋ ਕਿਵੇਂ ਨਾ ਅੰਦਰ ਚਲਾ ਜਾਂਦਾ ਸਾਰਾ, ਬਾਹਰ ਨਹੀਂ ਹੈਗਾ ਅੰਦਰ ਹੈ। ਇਹ ਜੇ ਥੋੜ੍ਹਾ ਜਿਹਾ ਵੱਧ ਜਾਵੇ ਤਾਂ ਮੀਂਹ ਸਾਹ ਜਿਹਾ ਬੰਦ ਹੋ ਜਾਂਦਾ ਜਾਂ ਅੰਦਰ ਚਲਾ ਜਾ। ਯਕੀਨਨ ਅੰਮੀ ਨੇ ਜ਼ਿੱਦ ਕੀਤੀ ਸੀਗੀ ਕਿ ਤੁਸੀਂ ਨਾ ਅੱਜ ਕੱਲ੍ਹ ਸਮਾਨ ਲਿਆ, ਮੈਂ ਲੈ ਨਹੀਂ ਆਉਣਾ ਸੀ, ਇਹਨੇ ਕਿਹਾ ਤੂੰ ਲੈ ਕੇ ਆਉਣਾ ਹੈਗਾ। ਮੈਂ ਕਿਹਾ ਚਲੋ ਠੀਕ ਹੈ।
ਹੁਣ ਆਪਾਂ ਕਿਵੇਂ ਮੁਕੰਮਲ ਕਰੀਏ, ਇੱਕ ਮਿੰਟ ਆਪਾਂ ਕਿਵੇਂ ਮੁਕੰਮਲ ਕਰੀਏ ਜਦੋਂ ਇਹ ਸਿਰਫ ਛੱਤਾਂ ਤੱਕ ਜਾਣਾ। ਤੁਸੀਂ ਦੁਆ ਕਰਨਾ ਹੈਗਾ ਸੁਬਹ ਉਹਨਾਂ ਨੇ ਨਾ ਸੌ ਜਾਣਾ ਵਿੱਚੋਂ ਇਹਦੇ ਲਵਣਗੇ ਦੂਸਰੇ ਸੈਂਪਲ ਅਤੇ ਫਿਰ ਉਹਨੂੰ ਚੈੱਕ ਕਰਨਗੇ ਉਹ ਕੀ ਚੀਜ਼ ਹੈਗੀ। ਉਹ ਕਹਿ ਰਹੇ ਸੀ ਅੰਦਰੋਂ ਚੈੱਕ ਕਰਾਂਗੇ, ਬਾਕੀ ਉਹ ਤੁਸੀਂ ਦੁਆ ਕਰ ਖਤਰਨਾਕ ਸੈਂ ਲੈਬਾਰਟਰੀ ਦੇ ਵਿੱਚ ਉਹ ਉਹਦੀ ਇੱਕ ਤਰ੍ਹਾਂ ਦੀ ਟੈਸਟ ਵਗੈਰਾ ਕਰਨਗੇ। ਬਾਕੀ ਅੱਲਾ ਖੈਰ ਕਰੇਗਾ। ਮੈਂ ਤਾਂ ਕਹਿੰਦਾ ਹਾਂ ਕਿ ਉਹ ਜੀ ਬੁਰੀ ਬਿਮਾਰੀ ਕਿਸੇ ਨੂੰ ਵੀ ਨਾ ਹੋਵੇ ਪੂਰੇ ਪਾਕਿਸਤਾਨ। ਯਕੀਨ ਕਰ ਜੋ ਇਤਨੀ ਮੰਮੀ ਦੀ ਹਾਲਤ ਵੇਖਣਾ ਨਾ ਮੈਂ ਰੋਣਾ ਆ ਜਾਂਦਾ। ਬਾਰਿਸ਼ ਰੁਕੀ ਸੀਗੀ ਅਤੇ ਮੈਂ ਵਲੋਗ ਬਣਾਉਣ ਲੱਗਾ ਅਤੇ ਮੋਬਾਈਲ ਦੀ ਬੈਟਰੀ ਵੇਖੀ, ਮੋਬਾਈਲ ਦੀ ਬੈਟਰੀ ਖੜੀ ਸੀ 2%। ਅਤੇ ਮੈਂ ਕਿਹਾ ਹੁਣ ਵਲੋਗ ਬਣਾਵਾਂ ਵੀ ਅਤੇ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਫਿਰ ਅਧੂਰਾ ਰਹਿ ਜਾਣਾ। ਮੈਂ ਕਿਹਾ ਇਹਦੇ ਨੂੰ ਅੱਛਾ ਹੈਗਾ ਕਿ ਸੁਬਹਾ ਵਲੋਗ ਬਣਾ ਲਵਾਂਗਾ। ਬਾਕੀ ਇੱਟਾਂ ਜਿਹੜੀਆਂ ਨੇ ਚੋਣ ਸਿੱਟੀਆਂ ਨੇਗੀਆਂ, ਬਾਕੀ ਤਾਂ ਪਈਆਂ ਹੋਈਆਂ ਨੇਗੀਆਂ। ਅਤੇ ਵਲੋਗ ਜਿਹੜਾ ਹੈਗਾ ਲੰਮਾ ਤਾਂ ਨਹੀਂ ਹੋਇਆ ਹੋਣਾ ਇੰਨਾ ਮੈਨੂੰ ਪਤਾ ਹੈਗਾ। ਬਾਕੀ ਜੇ ਵਾਚ ਤੁਸੀਂ ਪੂਰਾ ਕਰ ਲਿਆ ਕਰੋ ਯਕੀਨਨ ਮੈਨੂੰ ਬਸ ਤੁਸੀਂ ਵਾਚ ਕਰਦੇ ਹੋ ਨਾ ਯਕੀਨਨ ਅਤੇ ਮੈਨੂੰ ਲੰਮੇ ਵਲੋਗ ਬਣਾਉਣ ਜ਼ਰੂਰਤ ਨਹੀਂ ਪੈਂਦੀ। ਜੇ ਵੱਡਾ ਵਲੋਗ ਬਣਾਵਾਂ ਉਹਦੇ ਤਾਂ ਵਾਚ ਟਾਈਮ ਜ਼ਿਆਦਾ ਹੁੰਦਾ 5-6 ਮਿੰਟ, ਅਤੇ ਉਹਦੇ ਕੋਲ ਮੈਨੂੰ ਅੱਛੇ ਖਾਸੇ ਡਾਲਰ ਮਿਲ ਜਾਂਦੇ ਨੇ। ਅਗਰ 10,000 ਵਿਊ ਆ ਜਾਵਣ ਅਤੇ ਤੁਹਾਨੂੰ ਦੱਸ ਦੇਵਾਂ 10,000 ਵਿਊ ਆ ਜਾਵਣ 5 ਮਿੰਟਾਂ ਦਾ ਵਾਚ ਟਾਈਮ ਹੋਵੇ ਤਾਂ ਮੈਨੂੰ ਡਾਲਰ ਮਿਲਦੇ ਨੇ ਦੋ ਡਾਲਰ। ਯਕੀਨਨ ਇਤਨੇ ਡਾਲਰ ਕਿਤਨੀ ਮੁਸ਼ਕਿਲ ਨਾਲ ਆਉਂਦੇ ਨੇ ਇਹ ਉਹ ਸੋਚ ਲਓ। ਬਾਕੀ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ, ਵੀਡੀਓ ਨੂੰ ਪੂਰਾ ਵਾਚ ਕੀਤਾ ਕਰੋ, ਯਕੀਨਨ ਪੂਰਾ ਵਾਚ ਕੀਤਾ ਕਰੋ। ਅਤੇ ਹੋਰ ਵੀ ਤੁਹਾਨੂੰ ਗੱਲ ਕਰਨੀ ਸੀਗੀ ਕਿ ਸੁਬਹਾ ਨਾ ਅਸੀਂ ਜਲਦੀ ਇੱਥੋਂ ਨਿਕਲ ਜਾਣਾ ਹੈਗਾ, ਜਿਹੜੇ ਟੈਸਟ ਵਗੈਰਾ ਕਰਾਉਣੇ ਨੇ ਉਹ ਕਰਾਉਣ ਵਾਸਤੇ, ਅਤੇ ਵਲੋਗ ਸੁਬਹ ਲਾਈਵ ਸ਼ੁਰੂ ਕਰਾਂਗੇ। ਸੁਬਹਾ ਦਾ ਵਲੋਗ ਮੈਂ ਕਹਿੰਦਾ ਕਿਧਰੇ ਹੋਵੇਗਾ, ਟਾਈਮ ਵੇਖਣ ਲੱਗ ਗਿਆ ਹੋਵੇਗਾ ਤਕਰੀਬਨ। ਮੈਂ ਹੁਣ ਜੋ ਸੌਣਾ ਨਾ, ਮੇਰੇ ਸਮਾਂ ਦਾ ਟਾਈਮ ਹੋਣਾ ਹੈਗਾ 9 ਵਜੇ ਮੈਂ ਸੌਣਾ ਹੈਗਾ, ਅਤੇ ਸੁਬਹਾ 7 ਵਜੇ ਮੈਂ ਜਾਗ ਜਾਣਾ ਹੈ। ਇਨਸ਼ਾਅੱਲਾ ਸੁਬਹਾ ਨਾ 7 ਵਜੇ ਤੋਂ ਵਲੋਗ ਸ਼ੁਰੂ ਹੋਵੇਗਾ ਸੁਬਹਾ ਦਾ। ਅੱਗੇ 8 ਵਜੇ ਹੁੰਦਾ, 9 ਵਜੇ ਸ਼ੁਰੂ ਹੁੰਦਾ, ਲੇਕਿਨ ਸੁਬਹਾ ਦਾ ਵਲੋਗ ਜਿਹੜਾ 8 ਵਜੇ ਸ਼ੁਰੂ ਹੋਵੇਗਾ। ਅਤੇ ਇੱਕ ਹੋਰ ਗੱਲ ਕਿ ਜਿਹੜੇ ਮੇਰੇ ਭੈਣਾਂ ਭਾਈ ਮੈਨੂੰ ਆਈ ਕਹਿ ਰਹੇ ਸੀਗੇ ਕਮੈਂਟਾਂ ਦੇ ਵਿੱਚ ਕਿ ਯਾਰ ਤੁਹਾਡਾ ਰਾਬਤਾ ਨੰਬਰ ਕੀ ਹੈ, ਰਾਬਤਾ ਨੰਬਰ ਨੂੰ ਛੱਡੋ, ਜਿਹਨਾਂ ਨੂੰ ਇੰਸਟਾਗ੍ਰਾਮ ਦਾ ਨਹੀਂ ਨਾ ਪਤਾ ਉਹਨੂੰ ਕੀ ਕਹਿ ਸਕਣਾ। ਫਿਰ ਤੁਸੀਂ ਇੰਝ ਕਰੋ ਕਿ ਅਸਰੈਣ ਵਾਲਾ ਚੈਨਲ ਤੁਸੀਂ ਵੇਖਿਆ ਹੋਇਆ ਜਿਹੜਾ ਇਹਦੇ ਥੱਲੇ ਲੱਗਾ ਹੋਇਆ ਨਾ ਅਸਰੈਣ ਵਾਲਾ ਚੈਨਲ, ਉੱਥੇ ਚਲੇ ਜਾਓ ਅਤੇ ਉੱਥੇ ਜਾ ਕੇ ਜਿਹੜੇ ਤੁਸੀਂ ਵੀਡੀਓ ਥੱਲੇ ਕਮੈਂਟ ਕਰੋਗੇ ਉਹਦਾ ਤੁਹਾਨੂੰ ਫੌਰਨ ਰਿਪਲਾਈ ਮਿਲੇਗਾ। ਅਸਰੈਣ ਵਾਲੇ ਚੈਨਲ 'ਤੇ ਜਾਓ ਅਤੇ ਜਾ ਕੇ ਨਾ ਜਿਹੜਾ ਇਹਦੇ ਥੱਲੇ ਲੱਗਾ ਹੋਇਆ, ਜਿਹੜਾ ਮੇਰੇ ਚੈਨਲ ਦੇ ਥੱਲੇ ਲੱਗਾ ਹੋਇਆ ਨਾ ਚੈਨਲ, ਪਾਕ ਕੁਕਿੰਗ ਪਤਾ ਨਹੀਂ, ਨਹੀਂ 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 ਮਾਨ ਕੁਕਿੰਗ, ਪਾਕ ਕੁਕਿੰਗ ਮੈਂ ਪਹਿਲਾਂ ਰੱਖਿਆ ਸੀਗਾ ਲੇਕਿਨ ਨਾਮ ਚੇਂਜ ਕੀਤੀ ਰੱਖਣਾ ਆ ਗਿਆ ਉਹਦੇ, ਅਤੇ ਇਮਾਨ ਕੁਕਿੰਗ। ਅਤੇ ਜਾ ਕੇ ਤੁਸੀਂ ਚੈਨਲ ਜ਼ਰੂਰ ਵਿਜ਼ਿਟ ਵੀ ਕਰਨਾ ਹੈਗਾ, ਪੂਰੀਆਂ ਵੀਡੀਓ ਵੀ ਵਾਚ ਕਰਨੀਆਂ ਨੇਗੀਆਂ, ਅਤੇ ਜਾ ਕੇ ਤੁਸੀਂ ਕਮੈਂਟ ਹੀ ਕਰਨਾ। ਜਿਹੜਾ ਰਾਬਤਾ ਨੰਬਰ ਵੀ ਮੈਂ ਉੱਥੇ ਆਪਣਾ ਦੇ ਦੇਵਾਂਗੇ ਵੀ ਤੁਹਾਨੂੰ ਦੱਸ ਦਿਓ ਮੇਰਾ ਰਾਬਤਾ ਨੰਬਰ ਚਾਹੁੰਦੇ ਹੋ, ਅਤੇ ਜਾ ਕੇ ਇਮਾਨ ਕੁਕਿੰਗ 'ਤੇ ਕਮੈਂਟ ਕਰੋ, ਅਤੇ ਜਾ ਕੇ ਫੌਰਨ ਹੀ ਕਮੈਂਟ ਕਰੋ ਅਤੇ ਮੈਂ ਆਪਣਾ ਰਾਬਤਾ ਨੰਬਰ ਤੁਹਾਨੂੰ ਦੇ ਦੇਵਾਂਗਾ। ਔਰ ਮੈਂ ਕੋਈ ਤੁਹਾਨੂੰ ਯਕੀਨਨ ਅੱਜ ਕਿੰਨੀ ਵੱਡੀ ਖੁੱਲ੍ਹ ਛੁੱਟੀ ਦੇ ਦਿੱਤੀ, ਰਾਬਤਾ ਨੰਬਰ ਮੇਰਾ ਲਵਣ ਵਾਸਤੇ ਇਮਾਨ ਕੁਕਿੰਗ 'ਤੇ ਜਾਓ। ਇਮਾਨ ਕੁਕਿੰਗ ਨੂੰ ਸਰਚ ਵੀ ਤੁਸੀਂ ਕਰ ਲਓ, ਕੀ ਪਤਾ ਆ ਜਾਵੇ ਸਨੈਣ ਦੀ ਉੱਤੇ ਵੀਡੀਓ ਹੋਵੇਗੀ, ਅਤੇ ਵੈਸੇ ਵੀ ਮੇਰੇ ਚੈਨਲ ਕੱਢੋਗੇ ਤਾਂ ਥੱਲੇ ਆ ਜਾਵੇਗਾ ਸਨੈਣ ਦਾ ਚੈਨਲ, ਤੁਹਾਨੂੰ ਜੇ ਸਬਸਕ੍ਰਾਈਬ ਵੀ ਕਰਨਾ, ਵੀਡੀਓ ਨੂੰ ਲਾਈਕ ਕਰਨਾ ਹੈ, ਅਤੇ ਥੱਲੇ VIP ਜੇ ਕਮੈਂਟ ਕਰਨਾ ਅਤੇ ਥੱਲੇ ਆਪਣਾ ਰਾਬਤਾ ਨੰਬਰ ਹੀ ਮੈਂ ਤੁਹਾਨੂੰ ਦੇ ਦੇਵਾਂਗਾ। ਹਰ ਬੰਦੇ ਨੂੰ ਦੇਵਾਂਗਾ ਜਿਹੜਾ ਜਾ ਕੇ ਸਬਸਕ੍ਰਾਈਬ ਕਰਕੇ ਥੱਲੇ ਦੱਸੇਗਾ ਕਿ ਮੈਂ ਨਵਾਂ ਸਬਸਕ੍ਰਾਈਬਰ ਆ ਗਿਆ ਅਤੇ ਮੈਨੂੰ ਤੁਹਾਡਾ ਰਾਬਤਾ ਨੰਬਰ ਚਾਹੀਦਾ। ਬਾਕੀ ਵਲੋਗ ਜਿਹੜਾ ਹੈਗਾ ਹੁਣ ਥੋੜ੍ਹਾ ਜਿਹਾ ਲੰਮਾ ਵੀ ਹੋ ਗਿਆ, ਤੁਹਾਡੀਆਂ ਗੱਲਾਂ ਬਾਤਾਂ ਵੀ ਕਰ ਲਈਆਂ, ਤੁਹਾਨੂੰ ਇੱਕ ਔਫਰ ਵੀ ਦੇ ਦਿੱਤੀ ਆ। ਔਫਰ ਮੈਂ ਦੇਣੀ ਸੀਗੀ 2-1 ਦਿਨਾਂ ਬਾਅਦ, ਲੇਕਿਨ ਮੈਂ ਕਿ ਚਲੋ ਤੁਹਾਨੂੰ ਅੱਜ ਹੀ ਦੇ ਦਿਆਂ। ਬਾਕੀ ਹੁਣ ਜੀ ਸਾਡਾ ਯਾਰ ਵਲੋਗ ਦਾ ਤਾਂ ਖਤਮ, ਤੁਹਾਨੂੰ ਅੱਛਾ ਲੱਗਾ ਹੋ ਚੈਨਲ ਸਬਸਕ੍ਰਾਈਬ ਕਰ ਦਿਆ ਜੇ, ਵੀਡੀਓ ਨੂੰ ਲਾਈਕ ਕਰ ਦਿਆ ਜੇ। ਅੱਲਾ ਹਾਫਿਜ਼। ਅਤੇ ਇੰਸਟਾਗ੍ਰਾਮ ਦਾ ਜਿਹਨਾਂ ਨੂੰ ਪਤਾ ਹੈਗਾ
ਉਹ ਅਸਲ ਫੈਮਿਲੀ ਵਲੌਗ ਇੰਸਟਾਗ੍ਰਾਮ 'ਤੇ ਸਰਚ ਕਰ ਲਵੇ ਅਤੇ ਇੰਸਟਾਗ੍ਰਾਮ 'ਤੇ ਮੇਰੇ ਰਾਬਤਾ ਕਰ ਸਕਦੇ ਹੋ।